ਜਿਹੜੀ ਚੋਰੀ ਹੋਈ ਆ ਉਹਦੇ ਬਾਰੇ ਦੱਸ ਦਿਓ ਕਿੱਥੇ ਹੋਈ ਆ ਤੇ ਕੀ ਹੈ ਕੀ ਹੈ। ਇਹ ਭਾਅ ਜੀ ਕਿਲੇ ਮਹੱਲੇ 20/78 ਕੋਠੀ ਨੰਬਰ ਆ, ਉੱਥੇ ਚੋਰੀ ਹੋਈ ਹੈ ਜੀ। ਸੰਜੀਵ ਵਿੱਚ ਜੀ ਆ, ਸਨ ਆਫ ਪ੍ਰੇਮਨਾਥ ਵਿੱਚ, ਇਹਨਾਂ ਦੇ ਘਰ 'ਚ ਚੋਰੀ ਹੋਈ ਆ। ਇਹਨਾਂ ਦੇ ਮਾਮਾ ਜੀ ਦੇ ਲੜਕੇ ਨੇ ਦੱਸਿਆ ਵੀ ਕਰੀਬ 1.5 ਲੱਖ ਕੈਸ਼ ਹੈ, ਕਿਉਂਕਿ ਇਹਨਾਂ ਦਾ ਬੇਟਾ ਇੱਕ ਚੰਡੀਗੜ੍ਹ ਜੋਬ ਕਰਦਾ, ਉਹਨਾਂ ਦੀ ਵਾਈਫ ਵੀ ਉਹਨਾਂ ਦੇ ਨਾਲ ਹੀ ਆ। ਉਹਨਾਂ ਕੋਲ ਪੁੱਛ ਕੇ ਦੱਸਿਆ ਵੀ ਕਿੰਨਾ ਕੁ ਘਰ ਕੈਸ਼ ਪਿਆ ਸੀ, ਉਹ ਕਹਿੰਦੇ 1.5 ਲੱਖ ਕੈਸ਼ ਸੀਗਾ ਤੇ ਬਾਕੀ ਜਿਊਲਰੀ ਸੀ। ਜਿਹੜੀ ਚੋਰੀ ਹੋਈ ਆ ਉਹਦੇ ਬਾਰੇ ਦੱਸ ਦਿਓ ਕਿੱਥੇ ਹੋਈ ਆ ਤੇ ਕੀ ਹੈ ਕੀ ਆ। ਇਹ ਭਾਅ ਜੀ ਕਿਲੇ ਮਹੱਲੇ 20/78 ਕੋਠੀ ਨੰਬਰ ਆ, ਉੱਥੇ ਚੋਰੀ ਹੋਈ ਹੈ ਜੀ। ਸੰਜੀਵ ਵਿੱਚ ਜੀ ਆ, ਸਨ ਆਫ ਪ੍ਰੇਮਨਾਥ ਵਿੱਚ, ਇਹਨਾਂ ਦੇ ਘਰ 'ਚ ਚੋਰੀ ਹੋਈ ਆ। ਇਹਨਾਂ ਦੇ ਮਾਮਾ ਜੀ ਦੇ ਲੜਕੇ ਨੇ ਦੱਸਿਆ ਵੀ ਕਰੀਬ 1.5 ਲੱਖ ਕੈਸ਼ ਆ, ਕਿਉਂਕਿ ਇਹਨਾਂ ਦਾ ਬੇਟਾ ਇੱਕ ਚੰਡੀਗੜ੍ਹ ਜੋਬ ਕਰਦਾ, ਉਹਨਾਂ ਦੀ ਵਾਈਫ ਵੀ ਉਹਨਾਂ ਦੇ ਨਾਲ ਹੀ ਆ। ਉਹਨਾਂ ਕੋਲ ਪੁੱਛ ਕੇ ਦੱਸਿਆ ਵੀ ਕਿੰਨਾ ਕੁ ਘਰ ਕੈਸ਼ ਪਿਆ ਸੀ, ਉਹ ਕਹਿੰਦੇ 1.5 ਲੱਖ ਕੈਸ਼ ਸੀਗਾ ਤੇ ਬਾਕੀ ਜਿਊਲਰੀ ਸੀ। ਸਰ ਜਿਹੜੇ ਮੇਨ ਸੰਜੀਵ ਵਿੱਚ ਜੀ, ਉਹ ਆਪ ਕਿੱਥੇ ਆ? ਉਹ ਆਪ ਦੁਬਈ ਗਏ ਆ ਜੀ। ਕਿੰਨੇ ਦਿਨ ਤੋਂ ਸਰ? ਉਹ ਗਏ ਆ ਜੀ 1 ਹਫ਼ਤੇ ਤੋਂ। ਅੱਛਾ ਜੀ, 2 ਦਿਨ ਤੋਂ ਗਏ ਆ। ਤੇ ਜਿਹੜੇ ਉਹਨਾਂ ਦਾ ਬੇਟਾ ਆ ਉਹ ਕਿੱਥੇ ਚੰਡੀਗੜ੍ਹ ਕੀ ਕਰਦੇ ਆ? ਉਹ ਚੰਡੀਗੜ੍ਹ ਕੋਈ ਪ੍ਰਾਈਵੇਟ ਜੋਬ ਕਰਦੇ ਆ ਜੀ। ਅੱਛਾ ਜੀ, ਤੇ ਉਹਨਾਂ ਨੂੰ ਕਿੰਨੇ ਦੱਸਿਆ ਫੋਨ ਕਰਕੇ ਕਿ ਇੱਥੇ ਉਹਨਾਂ ਦੇ ਘਰ ਚੋਰੀ ਹੋਈ ਆ? ਤੇ ਉਹਨਾਂ ਦਾ ਉਹਨਾਂ ਜੀ ਦੇ ਮਾਮੇ ਦਾ ਬੇਟਾ ਇੱਕ ਗੁਆਂਢ ਤੋਂ ਵੀ ਹੈਗੇ ਆ ਜੀ ਇਹਨਾਂ ਦੇ ਭਰਾ ਨੂੰ, ਉਹਦਾ ਨਾਮ ਨਹੀਂ ਮੈਨੂੰ ਪਤਾ, ਉਹਨਾਂ ਨੇ ਦੱਸਿਆ ਜੀ ਉਹਨਾਂ ਨੂੰ। ਠੀਕ ਹੈ ਸਰ। ਸਰ ਹੁਣ ਆਪਾਂ ਕਾਰਵਾਈ ਕੀ ਕਰ ਰਹੇ ਹਾਂ? ਹੁਣ ਕਾਰਵਾਈ ਆਪਾਂ ਫੋਟੋ 'ਚ ਕਢਾਵਾਂਗੇ ਕੈਮਰੇ ਤੋਂ, ਅਤੇ ਜੋ ਵੀ ਇੱਥੇ ਮੋਬਾਈਲ ਚੱਲਿਆ ਉਹਨਾਂ ਦਾ ਡੰਪ ਕਢਾਵਾਂਗੇ, ਡੰਪ 'ਚ ਕਹਾਂਗੇ, ਅਤੇ ਫਿਰ ਅਗਲੀ ਕਾਰਵਾਈ ਕਰਾਂਗੇ। ਕੋਈ ਸਰ ਨੇੜੇ ਤੇੜੇ CCTV ਵਗੈਰਾ ਲੱਗੇ ਸੀਗੇ? ਕੈਮਰੇ ਤਾਂ ਲੱਗੇ ਆ ਦੂਰ ਆ ਜਿਸ ਤੋਂ। ਠੀਕ ਹੈ ਸਰ। ਸਰ ਆਪਣਾ ਨਾਮ ਕੀ ਆ? ਮੇਰਾ ਨਾਮ AS ਰਿਆਜ਼ ਮਸੀਹ, ਡਿਵੀਜ਼ਨ ਨੰਬਰ 3। ਹਾਂਜੀ ਬਾਜੀ, ਚੋਰੀ ਕਿੱਥੇ ਹੋਈ ਹੈ ਬਾਜੀ? ਚੋਰੀ ਜੀ ਮੇਰੇ ਮਾਮਾ ਜੀ ਦੇ ਘਰ ਕਿਲੇ ਮਹੱਲੇ 'ਚ। ਅਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ? ਮੈਨੂੰ ਵਰੁਣ ਵਿੱਚ ਹੈ ਜੀ, ਮੇਰਾ ਮਾਮਾ ਜੀ ਦਾ ਬੇਟਾ, ਉਹਦਾ ਕੋਲ ਆਇਆ, ਮੈਂ ਘਰ ਖਾਣਾ ਖਾ ਰਿਹਾ ਸੀ ਅਤੇ ਕਿ ਮੇਰੇ ਘਰ ਦੇ ਤਾਲੇ ਟੁੱਟੇ, ਮੈਨੂੰ ਪੜੋਸੀਆਂ ਦਾ ਫੋਨ ਆਇਆ ਜੀ, ਅਤੇ ਫਿਰ ਅਸੀਂ ਇਮੀਜੀਏਟ ਇੱਧਰ ਆਏ ਹਾਂ। ਸਰ ਕਿੰਨਾ ਕੁ ਉਹਨਾਂ ਦੇ ਸਮਾਨ ਸੀਗਾ, ਕੈਸ਼ ਸੀਗਾ? ਜੋ ਮੈਨੂੰ ਮੇਰੇ ਕਜ਼ਨ ਨੇ ਦੱਸਿਆ ਕਿ ਕੈਸ਼ ਸੀਗਾ ਅਤੇ ਕੁਛ ਜੁਐਲਰੀ ਸੀਗੀ, ਕਿਉਂਕਿ ਹਜੇ 2-3 ਮਹੀਨੇ ਪਹਿਲਾਂ ਹੀ ਉਹਦੀ ਮੈਰਿਜ ਹੋਈ ਹੈ ਅਤੇ ਉਹ ਘਰ ਹੀ ਪਿਆ ਸੀ, ਔਰ ਮੇਰੇ ਮਾਮਾ ਮਾਮੀ ਜੀ ਗਏ ਹੋਏ ਆ ਦੁਬਈ ਆਪਣੀ ਬੇਟੀ ਕੋਲ, ਅਤੇ ਪਿੱਛੋਂ ਦੀ ਇਹ ਸਾਰਾ ਕੋਈ ਲੱਗਦਾ ਕਿਸੇ ਦੇ ਸੰਭਾਵਨਾ ਇਹ ਲੱਗਦੀ ਹੈ ਮੈਨੂੰ ਕਿ ਕਿਸੇ ਜਾਣਕਾਰ ਬੰਦੇ ਦਾ ਹੀ ਹੱਥ ਹੈ, ਕਿਉਂਕਿ ਉਹਨੇ ਕਿਸੇ ਹੋਰ ਕਮਰੇ ਨੂੰ ਹੱਥ ਨਹੀਂ ਪਾਇਆ, ਇੱਕੋ ਹੀ ਕਮਰੇ ਦੇ ਇੱਕੋ ਹੀ ਸਟੋਰ ਦੇ ਅੰਦਰ ਵੜ ਕੇ ਉਹਨੇ ਕਾਰਵਾਈ ਕੀਤੀ ਆਪਣੀ। ਅਤੇ ਬਾਕੀ ਹੁਣ ਆਸ ਪੜੋਸ ਦੇ ਕੁਛ CCTV ਫੁਟੇਜ ਆਪਾਂ ਨੂੰ ਮਿਲ ਗਈ ਹੈ ਅਤੇ ਉਹ ਅਸੀਂ ਪੁਲਿਸ ਨੂੰ ਸਵੇਰੇ ਪ੍ਰੋਵਾਈਡ ਕਰਾ ਦਿਆਂਗੇ, ਅਤੇ ਬਾਕੀ ਕੰਮ ਕਾਰਵਾਈ ਪੁਲਿਸ ਦੀ ਹੈ ਜੀ। ਸਰ ਉਹਨਾਂ ਨੂੰ ਮਤਲਬ ਉਹਨਾਂ ਨੂੰ ਕਿੱਦਾਂ ਪਤਾ ਲੱਗਾ ਕਿ ਉਹਨਾਂ ਦੇ ਘਰ ਚੋਰੀ ਹੋਈ, ਉਹ ਆਪ ਕਿੱਥੇ ਰਹਿ ਰਹੇ ਨੇ ਇਸ ਟਾਈਮ? ਜਿਹੜਾ ਮੇਰਾ ਕਜ਼ਨ ਹੈਗਾ ਜੀ ਉਹ ਚੰਡੀਗੜ੍ਹ ਰਹਿ ਰਿਹਾ, ਜੋਬ ਕਰ ਰਿਹਾ ਪ੍ਰਾਈਵੇਟ ਕੰਪਨੀ, ਤੇ ਪੜੋਸੀਆਂ ਦਾ ਕਾਲ ਉਹਨਾਂ ਦੇ, ਫਿਰ ਕਾਲ ਮੈਨੂੰ ਕੀਤੀ। ਸਰ ਕਿੰਨੇ ਕੁ ਵਜੇ ਦਾ ਟਾਈਮ ਹੋਏਗਾ ਜਦੋਂ ਤੁਹਾਨੂੰ ਕਾਲ ਆਈ? ਤਕਰੀਬਨ ਮੈਨੂੰ ਕਾਲ 10 ਵਜੇ ਦੀ ਆਈ ਹੈ, ਪਰ ਪੜੋਸੀ ਕਹਿ ਰਹੇ ਹੈ ਕਿ 9:15-9:30 ਅਸੀਂ ਦੇਖਿਆ ਜਦੋਂ ਤਾਲੇ ਟੁੱਟੇ ਸੀ। ਅੱਛਾ ਜੀ। ਸਰ ਮੌਕੇ ਤੇ ਪੁਲਿਸ ਆ ਗਈ ਸੀ? ਹਾਂਜੀ ਹਾਂਜੀ ਹਾਂਜੀ, ਬਿਲਕੁਲ ਰਾਈਟ ਹੈ। ਸਰ ਆਪਣਾ ਨਾਮ ਕੀ ਹੈ? ਰਜੇਸ਼ ਬਾਰੀ। ਬਾਬਾ ਅਗੋਰੀ ਨਾਥ, ਭਗਤੀ ਦੀ ਸ਼ਕਤੀ ਹੈ ਮੇਰੇ ਕੋਲ, ਵਸ਼ੀਕਰਨ ਅਤੇ ਮੁਟਕਰਨੀ ਦੇ ਬੇਤਾਜ ਬਾਦਸ਼ਾਹ ਬਾਬਾ ਅਗੋਰੀ ਨਾਥ, ਮੇਰੇ ਕਿਤੇ ਕੰਮ ਨੂੰ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ, ਸਮੱਸਿਆ ਚਾਹੇ ਜਿੱਦਾਂ ਦੀ ਵੀ ਹੋਵੇ ਜੜ ਤੋਂ ਖਤਮ, ਪਿਆਰ ਚ ਧੋਖਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਕਾਰੋਬਾਰ ਚ ਘਾਟਾ, ਨੌਕਰੀ ਦੀ ਸਮੱਸਿਆ, ਜ਼ਿੰਦਗੀ ਦੀ A to Z ਹਰ ਸਮੱਸਿਆ ਦੇ ਸਮਾਧਾਨ ਲਈ ਇੱਕ ਵਾਰ ਫੋਨ ਜ਼ਰੂਰ ਕਰੋ ਬਾਬਾ ਅਗੋਰੀ ਨਾਥ। ਮੋਬਾਈਲ ਨੰਬਰ 9815705376।